ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਥੋੜਾ ਬੇਸਣ ਥੋੜੀ ਸੂਜੀ ਦੇ ਬਹੁਤ ਹੀ ਟੇਸਟੀ ਜਿਹੇ ਪਕੌੜੇ ਬਣਾਉਣੇ ਆ ਇਹਦੇ ਵਾਸਤੇ ਆਪਾਂ ਦੇਖੋ ਜਿਹੜੀਆਂ ਸਬਜ਼ੀਆਂ ਲਈਆਂ ਪੱਤਾ ਗੋਭੀ ਬਰੀਕ ਬਰੀਕ ਕੱਟ ਲਈ ਗਾਜਰ ਕद्दूकस ਕਰ ਲਈ शिमला मिर्च ਚੌਪ ਕਰ ਲਈ ਪਿਆਜ਼ ਚੌਪ ਕਰ ਲਿਆ ਤੇ ਹਰੀ ਮਿਰਚਾ ਬੜਾ ਭਾਂਟਾ ਲੈ ਲਿਆ ਇਹਦੇ ਵਿੱਚ ਆਪਾਂ ਸਾਰੀਆਂ ਸਬਜ਼ੀਆਂ ਜਿਹੜੀਆਂ ਪਾਲਣੀਆਂ ਆ ਬਿਲਕੁਲ ਸਿੰਪਲ ਤੇ ਹੈਲਦੀ ਜਿਹੜੇ ਆ ਇਹ ਸੂਜੀ ਤੇ ਬੇਸਣ ਦੇ ਮਿਕਸ ਪਕੌੜੇ ਆਪਾਂ ਬਣਾਉਣੇ ਆ ਤੇ ਦੇਖੋ ਜੀ ਆਪਾਂ ਸਬਜ਼ੀਆਂ ਜਿਆਦਾ ਪਾ ਲਈਆਂ ਤੇ ਥੋੜੀ ਜਿਹੀ ਸੂਜੀ ਪਾਉਣੀ ਥੋੜਾ ਜਿਹਾ ਆਪਾਂ ਬੇਸਣ ਪਾਉਣਾ ਦੇਖੋ ਅੱਧੀ ਕੌਲੀ ਬਰੀਕ ਸੂਜੀ ਆਪਣੀ ਅੱਧੀ ਕੌਲੀ ਤੇ ਅੱਧੀ ਕੌਲੀ ਜਿਹੜੀ ਆਪਣੀ ਬੇਸਣ ਸੂਜੀ ਨਾਲ ਥੋੜਾ ਜਿਹਾ ਜ਼ਿਆਦਾ ਹੈ ਅਜਵੈਨ ਆ ਹੱਥ ਤੇ ਮਲ ਕੇ ਆਪਾਂ ਪਾ ਦੁੱਤੀ ਆ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਉਣੇ ਬਹੁਤ ਟੇਸਟੀ ਬਣਦੇ ਆ ਨਮਕ ਧਨੀਆ ਪਾਊਡਰ ਜੀਰਾ ਪਾਊਡਰ ਹਲਦੀ ਜੀਰਾ ਸਾਬਤ ਚਿੱਲੀ ਫਲੈਕਸ ਥੋੜੇ ਪਾਤੇ ਤੇ ਹਰਾ ਧਨੀਆ ਤੇ ਪਾਲਕ ਥੋੜੀ ਜੀ ਦੋਨੋਂ ਚੀਜ਼ਾਂ ਮਿਕਸ ਕਰਕੇ ਕੱਟ ਲਈਆਂ ਸੀਆਂ ਧੋ ਕੇ ਚੰਗੀ ਤਰ੍ਹਾਂ ਆਪਾਂ ਪਾਦਤੀਆਂ ਤੇ ਰਲਾ ਲੈਣੇ ਆ ਬਿਲਕੁਲ ਸਿੰਪਲ ਤਰੀਕਾ ਆਪਣਾ ਜੀ ਵੀਡੀਓ ਮੈਂ ਬਿਲਕੁਲ ਛੋਟ ਹੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਮੇਰੀ ਵੀਡੀਓ ਜਿਹੜੀ ਬਿਲਕੁਲ ਸਿੰਪਲ ਸੌਖੇ ਤਰੀਕਿਆਂ ਨਾਲ ਬਣੀ ਹੁੰਦੀ ਹੈ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਤੇਲ ਪਾ ਲੈਣਾ ਹੈ 2 ਚਮਚ ਡੇਢ 2 ਚਮਚ ਜਿਹੜੇ ਆਪਾਂ ਤੇਲ ਦੇ ਪਾਤੇ ਜ਼ਿਆਦਾ ਤੇਲ ਨਹੀਂ ਪਾਇਆ ਤੇ ਦੇਖ ਲਿਆ ਤੁਸੀਂ ਕਿੰਨਾ ਕੱਪ ਪਾਇਆ ਹਾਂ ਪਾਣੀ ਪਾਤਾ ਪਾਣੀ ਪਾ ਕੇ ਇਹਨੂੰ ਮਿਕਸ ਕਰ ਲੈਣੇ ਆ ਚੰਗੀ ਤਰ੍ਹਾਂ ਪਹਿਲਾਂ ਚਮਚ ਨਾਲ ਆ ਲੈਣੇ ਫਿਰ ਆਪਾਂ ਹੱਥ ਨਾਲ ਮਿਕਸ ਕਰ ਲਵਾਂਗੇ ਨਵੇਂ ਵੀਰ ਜਿਹੜੇ ਜੋੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਪੋਰਟ ਕਰੋ ਮੇਰੇ ਚੈਨਲ ਨੂੰ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਆਪਾਂ ਬਿਲਕੁਲ ਸਿੰਪਲ ਵੀਡੀਓ ਬਣਾਉਨੇ ਨੇ ਬਿਲਕੁਲ ਛੋਟੀ ਰੱਖਦੀ ਹਣੀ ਵੀਡੀਓ ਮੈਂ ਤੇ ਹੁਣ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਬੇਸਣ, ਸੂਜੀ ਤੇ ਸਬਜ਼ੀਆਂ ਸਾਰਾ ਜਿਹੜਾ ਮਿਕਸਚਰ ਇੱਕ ਜਗ੍ਹਾ ਆਪਾਂ ਰਲਾ ਲਿਆ ਸਵਾਰ ਕੇ ਤੇ ਤੇਲ ਮੈਂ ਗਰਮ ਰੱਖਿਆ ਆ ਕਟੇ ਸੇਕ ਦੇ ਉੱਤੇ ਮੈਂ ਪਹਿਲੂ ਤੇਲ ਗਰਮ ਰੱਖ ਦਿੱਤਾ ਸੀ ਤੇ ਦੇਖੋ ਜੀ ਇਹਨ ਮਿਕਸ ਹੋ ਗਿਆ ਆਪਣੇ ਸਬਜ਼ੀਆਂ ਵੀ ਤੇ ਬੇਸਣ ਸੂਜੀ ਵੀ ਤੇ ਹੁਣ ਆਪਾਂ ਪਾ ਦਣ ਇਹਦੇ ਵਿੱਚ ਜੀ ਛੋਟੇ-ਛੋਟੇ ਪਕੌੜੇ ਛੋਟੇ-ਛੋਟੇ ਪਾਉਣੇ ਆਪਾਂ ਤੇ ਫਿਰ ਵੀ ਇਹ ਫੁੱਲ ਜਾਂਦੇ ਆ ਉਕਸੂਜੀ ਜਿਹੜੀ ਆਪਣੀ ਫੁੱਲਦੀ ਆ ਤੇ ਦੇਖੋ ਜੀ ਇਹਨਾਂ ਨੂੰ ਸੇਕ ਲੱਗ ਗਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਪਲਟ ਦੰਨੇ ਆ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੀ ਤਾਂ ਬਹੁਤ ਹੀ ਟੇਸਟੀ ਬਣਦੇ ਅੱਧਾ ਬੇਸਣ ਤੇ ਅੱਧੀ ਸੂਜੀ ਪਾ ਕੇ ਤੇ ਬਹੁਤ ਟੇਸਟੀ ਪਕੌੜੇ ਇਹ ਬਣਦੇ कुरकुरੇ ਵੀ ਬਣਦੇ ਆ ਤੇ ਟੇਸਟੀ ਵੀ ਬਹੁਤ ਬਣਦੇ ਆ ਤੇ ਦੇਖੋ ਆਪਾਂ ਸਬਜ਼ੀਆਂ ਜ਼ਿਆਦਾ ਪਾਈਆਂ ਬੇਸਣ ਸੂਜੀ ਤਾਂ ਆਪਾਂ ਥੋੜਾ ਥੋੜਾ ਹੀ ਪਾਇਆ ਤੇ ਦੇਖੋ ਜੀ ਪਕੌੜੇ ਆਪਣੇ ਜਿਹੜੇ ਆ ਰੈਡੀ ਹੋ ਗਏ ਆ ਇਹ ਪਹਿਲਾ ਬੈਚ ਜਿਹੜਾ ਆਪਾਂ ਪਾਇਆ ਸੀ ਤਿਆਰ ਹੋ ਗਏ ਆ ਤੇ ਇਸੇ ਤਰ੍ਹਾਂ ਆਪਾਂ ਸਾਰੇ ਪਕੌੜੇ ਜਿਹੜੇ ਬਣਾ ਲੈਣੇ ਆ ਫਿਰ ਬਾਅਦ ਚ ਮੈਂ ਤੋੜ ਕੇ ਵੀ ਤੁਹਾਨੂੰ ਦਿਖਾਉਂਗੀ ਤੇ ਜਰੂਰ ਇੱਕ ਵਾਰੀ ਟਰਾਈ ਕਰਿਓ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਕਿੰਨੇ कुरकुरੇ ਲੱਗਦੇ ਉੱਪਰ ਉਹ ਇਹ ਤੇ ਕੱਢ ਲਏ ਆਪਾਂ ਜੀ ਤੁਹਾਡੀ سپورਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਨੇ ਅੱਗੇ ਵਧਣਾ ਤੁਹਾਡੀ ਸਪੋਰਟ ਦੇ ਨਾਲ ਹੀ ਮੇਰਾ ਹੌਸਲਾ ਵਧਣਾ ਹੈ ਤੇ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਜੀ ਤੇ ਦੇਖੋ ਆਪਾਂ ਪਹਿਲੇ ਜਿਹੜੇ ਪਾਈ ਸੀ ਉਹ ਕੱਢ ਲਏ ਆ ਦੂਜੀ ਵਾਰੀ ਫੇਰ ਪਾ ਦਿੱਤੇ ਸੇਕ ਲੱਗ ਗਿਆ ਪਲਟਾ ਦਿੱਤੇ ਸੀ ਤੇ ਲਓ ਜੀ ਇਹ ਵੀ ਤਿਆਰ ਹੋ ਗਏ ਆ ਇਹਨਾਂ ਨੂੰ ਵੀ ਕੱਢ ਲੈਣੇ ਆ ਤੇ ਬਾਕੀ ਜਿਹੜੇ ਰੰਦਾ ਸੀ ਆਪਾਂ ਇਹ ਵੀ ਪਾਤਾ ਹੈ ਸਾਰੇ ਬਣਾ ਲੈਣੇ ਆਪਾਂ ਤੇ ਲਓ ਜੀ ਆਪਾਂ ਦੋ ਬੈਚ ਕੱਢ ਕੇ ਤੁਹਾਨੂੰ ਦਿਖਾalte ਇੱਕ ਹਾਲੇ ਬਣਦਾ ਹੈ ਤੇ ਦੇਖੋ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਆ ਇਹ ਤੇ ਖਾਣ ਨੂੰ ਵੀ ਇਹ ਉਨੇ ਹੀ ਟੇਸਟੀ ਆ ਦੇਖੋ ਮੈਂ ਤੋੜ ਕੇ ਦਿਖਾ ਲਦੀ ਤੁਹਾਨੂੰ ਵਿੱਚੋਂ ਬਿਲਕੁਲ ਐ ਜਾਲੀਦਾਰ ਸੌਫਟ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਜਦੋਂ ਆਪਾਂ ਸੂਜੀ ਪਾ ਲਨੇ ਥੋੜਾ ਤੇਲ ਪਾ ਲਨੇ ਤਾਂ ਪਕੌੜੇ ਬਹੁਤ ਹੀ कुरकुरੇ ਤੇ ਵਿੱਚੋਂ ਸੌਫਟ ਬਣਦੇ ਆ ਜੀ ਤੇ ਦੇਖੋ ਜੀ ਆਪਣੇ ਪਕੌੜੇ ਸੂਜੀ ਤੇ ਬੇਸਣ ਦੇ ਮਿਕਸ ਹੋ ਗਏ ਆ ਤਿਆਰ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਬਣਾ ਕੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਲਾਈਕ ਕਰਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ